महज गली नूं लै के दो धिरां च खूनी टकरा हो गया। वड्डी गल इह रही कि पेट्रोल पंप मालक नाल हुई टकरा दौरान पुलिस की हाजरी च दूजी धिर वल्लों गोली मार के पेट्रोल पंप के मालक के पुत की हत्या कर दी गई, जिस तों बाद इलाज दौरान उसकी मौत हो गई। गमगीन माहौल च उसका दाह संस्कार होया। परिवार का रो रो बुरा हाल है। दरअसल भिखी पिंड के सतेंद्र पासी खेमकर रोड स्थित पेट्रोल पंप के नज़दीक कलोनी कट रहे सन, जिस के नज़दीक गली के अधिकारी लैके दोवां धिरां विच विवाद चल रहा है, जिस संबंधी पेट्रोल पंप मालक परमजीत शर्मा वासी खालड़ा वालों अपने हक विच स्टे लियांदी गई, पर दूजी धिर के कुछ व्यक्तियों वालों देर शाम स्टे वाली जगह से कंध करनी शुरू कर दी गई, जिसनों रोकने लिए परमजीत शर्मा ने थाना भिखी पिंड की पुलिस को सूचित किया। इस संबंधी ASI सुरेंद्र कुमार मौके पर पहुंचे, जिन्होंने पासी धिर को कंध करनों रोकया। इस दौरान दोवें धिर आपस उलझ पईआं अते किसी व्यक्ति ने मनदीप उर्फ मनु शर्मा के पेट च गोली मार दी, जिसकी हस्पताल च इलाज दौरान मौत हो गई। मनु अकाली दल नाल संबंधित सी। वरसा सिंह बलटोहा ने परिवार नाल दुख सांझा करदिआं इस घटना की निंदा की। मंदभागी घटना है, अत दुखदायी घटना है। छोटी जी गल लैके निके निके मसले पैदा भी होंदे रहिंदे ने समाज च, पर जिस तरह का कारा यह वापरिया है, कला मापिया का होनहार नहीं सी, कले कस्बे खालड़े दे लोकां दी पसंद नहीं सी। जिस किसी नाल भी उहदा वाह पिया है ਉਹਦਾ ਕਾਇਲ ਹੋ ਗਿਆ। ਇਹੋ ਜਿਹਾ ਨੌਜਵਾਨ ਸੀ ਮਨਦੀਪ ਮਨੂ, ਔਰ ਅੱਜ ਲੱਕ ਤੋੜ ਕੇ ਸੁੱਟ ਗਿਆ ਸਾਰਿਆਂ ਦਾ ਹੀ, ਮਾਪਿਆਂ ਦਾ ਵੀ, ਔਰ ਸ਼੍ਰੋਮਣੀ ਅਕਾਲੀ ਦਲ ਨੂੰ ਉਹਦੇ ਉੱਤੇ ਬਹੁਤ ਵੱਡਾ ਮਾਣ ਸੀ। ਔਰ ਜਿਹੜਾ ਇਹ ਜਿਸ ਤਰ੍ਹਾਂ ਇਹ ਉਹਨੂੰ ਕਤਲ ਕੀਤਾ ਗਿਆ ਹੈ, ਇਹਦੀ ਜਿੰਨੀ ਵੀ ਨਿੰਦਾ ਕਰੀਏ ਉਨੀ ਥੋੜ੍ਹੀ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਮਸਲੇ ਪੈਦਾ ਹੁੰਦੇ ਰਹਿੰਦੇ ਨੇ, ਉਹਨਾਂ ਦੇ ਹੱਲ ਹੁੰਦੇ ਨੇ, ਨਜਿੱਠੇ ਜਾਂਦੇ ਨੇ, ਬੈਠ ਕੇ ਗੱਲਬਾਤ ਹੋ ਜਾਂਦੀ ਹੈ, ਪਰ ਜਿਸ ਕਦਰ ਇੱਕ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਘਰ ਹੀ ਤਬਾਹ ਕਰ ਦਿੱਤਾ ਗਿਆ ਹੈ। ਔਰ ਮਨਦੀਪ ਸ਼ਰਮਾ ਜਿਹੜਾ ਕਿ ਅਜੇ ਇੱਕ ਤਰ੍ਹਾਂ ਕਹਿ ਲਈਏ ਕਿ ਜਵਾਨੀ ਦੇ ਵਿੱਚ ਸੀਗਾ, ਪਰ ਜਵਾਨੀ 'ਚ ਸੀਗਾ, ਉਹਨੂੰ ਕਤਲ ਕਰ ਦਿੱਤਾ ਹੈ। ਬਹੁਤ ਇਸ ਸੰਬੰਧੀ DSP ਭਿਖੀ ਪਿੰਡ ਰਾਜਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਜੀ ਉੱਥੇ ਪੈਟਰੋਲ ਪੰਪ ਹੈ ਖੇਮਕਰ ਰੋਡ ਦੇ ਉੱਤੇ, ਜਿਹੜਾ ਮ੍ਰਿਤਕ ਹੈ ਉਹਦਾ ਨਾਂ ਹੈਗਾ ਮਨਦੀਪ ਸ਼ਰਮਾ, ਪੁੱਤਰ ਪਰਮਜੀਤ ਸ਼ਰਮਾ, ਅਤੇ ਵਾਸੀ ਇਹ ਖਾਲੜਾ ਦੇ ਆ, ਅਤੇ ਇਹਨਾਂ ਦਾ ਪੈਟਰੋਲ ਪੰਪ ਇੱਥੇ ਆ। ਇਹਨਾਂ ਦੇ ਨਾਲ ਹੀ ਜਿਹੜੀ ਆ ਉਹ ਜਿਹੜਾ ਅੰਦਰ ਨੂੰ ਰਸਤਾ ਜਾਂਦਾ ਵਾ, ਉੱਥੇ ਇੱਕ ਜਿਹੜੇ ਭਜਨ ਆਪਣੇ ਪਾਛੀ ਸਤਵਿੰਦਰ ਪਾਛੀ ਹੁਣੀ ਕੱਟ ਰਹੇ ਆ, ਆਪਣੀ ਕਲੋਨੀ ਕੱਟ ਰਹੇ ਸੀ, ਜਿਹੜਾ ਇਹਨਾਂ ਦਾ ਮਤਲਬ ਸੀਗਾ, ਕੋਈ ਇਹਨਾਂ ਦਾ ਜ਼ਮੀਨ ਦਾ ਡਿਸਪਿਊਟ ਸੀਗਾ, ਅਤੇ ਇਹਨਾਂ ਦੋਵਾਂ ਧਿਰਾਂ ਦਾ ਆਪਸ ਵਿੱਚ ਜਿਹੜਾ ਉੱਥੇ ਤਕਰਾਰ ਹੋਇਆ, ਜਿਹਦੇ ਵਿੱਚ ਜਿਹੜੇ ਮਨਦੀਪ ਸ਼ਰਮਾ ਦੇ ਜਿਹੜੀ ਆ ਉਹ ਮਤਲਬ ਸੱਜੇ ਪਾਸੇ ਗੋਲੀ ਵੱਜ ਕੇ ਖੱਬੇ ਪਾਸੇ ਨਿਕਲ ਗਈ, ਜਿਹਦੀ ਇੱਥੇ ਹੋਸਪਿਟਲ ਪ੍ਰਾਈਵੇਟ ਹੋਸਪਿਟਲ ਇੱਥੇ ਮੌਤ ਹੋ ਗਈ ਆ। ਉਹਦੇ ਸੰਬੰਧ ਵਿੱਚ ਤਲਾਹ ਮਿਲਣ ਦੇ ਉੱਤੇ ਜਿਹੜਾ ਵਾ ਅਸੀਂ ਇੱਥੇ ਆਏ ਹਾਂ, ਅਤੇ ਜਿਹੜਾ ਵੀ ਇਹਦੇ ਜਿਹੜੇ ਵੀ ਇਹਦੇ ਗਾਰਡੀਅਨ ਆ ਜਾਂ ਇਹਦੇ ਫਾਦਰ ਆ ਪਰਮਜੀਤ ਸ਼ਰਮਾ, ਜਾਂ ਇਹਨਾਂ ਦਾ ਹੋਰ ਰਿਲੇਟਿਵ ਜਿਹੜਾ ਮੌਕੇ ਦਾ ਗਵਾਹ ਆ, ਜੋ ਵੀ ਉਹ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਅਸੀਂ FIR ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ। ਇੱਕ ਨਾ ਸਰ, ਸੁਣਨ ਦੇ ਵਿੱਚ ਆਇਆ ਕਿ ਭਿੱਖੀ ਪਿੰਡ ਦੇ ਥਾਣਾ ਦੇ ASI ਮੌਕੇ 'ਤੇ ਮੌਜੂਦ ਸੀਗੇ, ਕੀ ਗੱਲ ਸਰ? ਉਦੋਂ ਮੌਕੇ 'ਤੇ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ? ਹਾਂਜੀ, ਮੌਕੇ 'ਤੇ ਨਹੀਂ, ਇਹ ਕਹਿੰਦਾ ਉਦੋਂ ਨਹੀਂ, ਮਤਲਬ ਸਾਨੂੰ ਫੋਨ ਆਇਆ ਸੀਗਾ ਵੀ ਉੱਥੇ ਜਿਹੜਾ ਵਾ ਇੱਕ ਧਿਰ ਜਿਹੜੀ ਆ ਕੰਧ ਕਰਨ ਡਈ ਆ, ਅਤੇ ਇਹ ਮੌਕੇ 'ਤੇ ਸੜਕ ਪਾਰ ਕਰਕੇ ਕਰਾਉਣ ਜਾ ਹੀ ਰਹੇ ਸੀ, ਅਤੇ ਉਹਨਾਂ ਚਿਰ ਨੂੰ ਉਹਦੇ ਗੋਲੀ ਲੱਗ ਗਈ ਸੀ। ਇਸ ਕਰਕੇ ਇਹਨਾਂ ਦੇ ਜਾਂਦੇ ਜਿਹੜਾ ਵਾ ਮੁਲਜ਼ਮ ਜਿਹੜੇ ਮੌਕੇ ਤੋਂ ਫਰਾਰ ਹੋ ਗਿਆ ਸੀ, ਅਤੇ ਇਹ ਇੱਕ 2 ਮਿੰਟ ਲੇਟ ਪਹੁੰਚੇ।
ਕਿੰਨੇ ਸਾਰੇ ਮੁਜਰਿਮ ਜਿਹੜੇ ਘਰ ਵਾਲਿਆਂ ਨੇ ਇਹ ਹੁਣ ਘਰਦੇ ਜੇ ਕੋਈ ਸਾਨੂੰ ਸਟੇਟਮੈਂਟ ਨਹੀਂ ਦਿੱਤੀ, ਜਦੋਂ ਵੀ ਬਿਆਨ ਲਿਖਾਉਂਦੇ ਆ ਉਹਦੇ ਮੁਤਾਬਕ ਹੀ ਅਸੀਂ ਕਾਰਵਾਈ ਕਰਾਂਗੇ। ਅਸੀਂ ਉਹਨਾਂ ਨੂੰ ਕਿਹਾ ਵਾ ਤੁਸੀਂ ਆਪਣਾ ਜੋ ਵੀ ਸਟੇਟਮੈਂਟ ਲਿਖਾਉਣੀ ਲਿਖਾਓ। ਠੀਕ ਸਰ, ਹਾਂਜੀ ਹਾਂਜੀ।